ਪੈਟਰੋਲ ਪੰਪਾਂ ਉੱਤੇ ਕਈ ਵਾਰ ਹਾਦਸੇ ਹੋਣ ਦੀਆਂ ਘਟਨਾਵਾਂ ਤੋਂ ਬਾਅਦ ਪ੍ਰਸ਼ਾਸਨ ਨੇ ਪੈਟਰੋਲ ਪੰਪਾਂ ਉੱਤੇ ਖੁੱਲ੍ਹੇਆਮ ਤੇਲ ਵੇਚਣ ਉੱਤੇ ਪਾਬੰਦੀ ਲਾ ਦਿੱਤੀ ਸੀ, ਪਰ ਕੋਰਟ ਦੇ ਇਹਨਾਂ ਹੁਕਮਾਂ ਦੀਆਂ ਨੰਗਲ ਦੇ ਵਿੱਚ ਪੈਟਰੋਲ ਪੰਪ ਸ਼ਰਿਆਮ ਧੱਜੀਆਂ ਉਡਾ ਰਹੇ ਨੇ। ਇੱਥੇ ਬੋਤਲਾਂ ਅਤੇ ਕੈਨਾਂ ਵਿੱਚ ਲੋਕ ਆਸਾਨੀ ਨਾਲ ਤੇਲ ਖਰੀਦ ਸਕਦੇ ਨੇ, ਜੋ ਕਿ ਕਿਸੇ ਖਤਰੇ ਨਾਲੋਂ ਘੱਟ ਨਹੀਂ ਹੈ। ਇਸ ਮੌਕੇ ਸ਼ਿਕਾਇਤ ਮਿਲਣ ਉੱਤੇ ਤਹਿਸੀਲਦਾਰ ਨੇ ਦਾਅਵਾ ਕੀਤਾ ਹੈ ਕਿ ਇਸ ਸੰਬੰਧਿਤ ਵਿਭਾਗ ਨੂੰ ਸੂਚਿਤ ਕਰਕੇ ਬਣਦੀ ਕਾਰਵਾਈ ਕਰਵਾਈ ਜਾਵੇਗੀ। ਸਰਕਾਰ ਦੇ ਰੂਲ ਦੇ ਮੁਤਾਬਕ ਪੰਪਾਂ 'ਤੇ ਤੇਲ ਵਿਕਣਾ ਚਾਹੀਦਾ ਹੈ। ਸਾਨੂੰ ਖੁੱਲ੍ਹੇ ਦੇ ਵਿੱਚ ਜਿਹੜੇ ਤੇਲ ਵੇਚ ਰਹੇ ਨੇ ਇਹਨਾਂ 'ਤੇ ਟੋਟਲ ਮਨਾਹੀ ਹੋਣੀ ਚਾਹੀਦੀ ਹੈ। ਜਿਹੜੇ ਸ਼ਰਾਰਤੀ ਅੰਸਰ ਨੇ ਇਹ ਤੇਲ ਲੈ ਕੇ ਇੱਥੋਂ ਹੀ ਵਾਰਦਾਤਾਂ ਕਰਦੇ ਨੇ। ਸਰਕਾਰ ਨੂੰ ਚਾਹੀਦਾ ਵੀ ਉਚੇਚੇ ਤੌਰ 'ਤੇ ਇਹਨਾਂ 'ਤੇ ਟੋਟਲ ਪਾਬੰਦੀ ਕੀਤੀ ਜਾਵੇ ਅਤੇ ਪੰਪ ਜਿਹੜਾ ਸਿਰਫ ਪੰਪਾਂ 'ਤੇ ਹੀ ਤੇਲ ਦਿੱਤਾ ਜਾਵੇ। ਇਹ ਗੱਲ ਹੁਣ ਮੇਰੇ ਧਿਆਨ ਦੇ ਵਿੱਚ ਆਈ ਹੈ ਕਿ ਲੋਕ ਖੁੱਲ੍ਹਾ ਪੈਟਰੋਲ ਡੀਜ਼ਲ ਵਗੈਰਾ ਕੁਝ ਵੇਚ ਰਹੇ ਹੈ। ਇਹ ਵੈਸੇ ਇਹਨੂੰ ਬੰਦ ਕਰਨ ਦਾ ਜਾਂ ਇਸ ਦੇ ਵੱਲ ਧਿਆਨ ਕਰਨ ਦਾ ਫੂਡ ਐਂਡ ਸਪਲਾਈ ਡਿਪਾਰਟਮੈਂਟ ਦਾ ਕੰਮ ਹੈ, ਪਰ ਫਿਰ ਵੀ ਹੁਣ ਮੇਰੇ ਧਿਆਨ ਦੇ ਵਿੱਚ ਆਇਆ, ਮੈਂ ਹੁਣ ਉਹਨਾਂ ਨਾਲ ਗੱਲਬਾਤ ਕਰਕੇ ਔਰ ਜਿੰਨੀ ਜਲਦੀ ਹੋ ਸਕੇ ਇਹਨੂੰ ਬੰਦ ਕਰਵਾਵਾਂਗੇ। ਔਰ ਇਹ ਬਿਲਕੁਲ ਹੀ ਗੈਰ ਕਾਨੂੰਨੀ ਹੈ, ਇਹ ਖੁੱਲ੍ਹੇ ਦੇ ਵਿੱਚ ਨਹੀਂ ਵੇਚਿਆ ਜਾ ਸਕਦਾ। ਜਦੋਂ ਵੀ ਵੇਚਣਾ ਹੋਏ ਤਾਂ ਕੇਵਲ ਪੈਟਰੋਲ ਪੰਪ ਰਾਹੀਂ ਹੀ ਵੇਚਣਾ ਉਚਿਤ ਹੈਗਾ ਇਹਦਾ।